ਰੋਪੜ ਪੁਲਿਸ ਨੇ ਇੱਕ ਮਹਿਲਾ ਸਮੇਤ ਨਸ਼ੇ ਦੇ 4 ਸਮਗਲਰਾਂ ਨੂੰ ਕਾਬੂ ਕਰਕੇ ਇਹਨਾਂ ਤੋਂ 1 ਕਿਲੋ ਹੈਰਨ ਸਮੇਤ ਸੋਨਾ ਨਗਦੀ ਅਤੇ ਇੱਕ ਫਾਰਚੂਨਰ ਗੱਡੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਵੱਲੋਂ ਫੜੇ ਗਏ ਨਸ਼ੇ ਦੇ ਸਮਗਲਰਾਂ ਦੀ ਜਾਇਦਾਦ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੋਪੜ ਦੇ SSP ਵਿਵੇਕਸ਼ੀਲ ਸੋਨੀ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਭਗੌੜੇ ਅੰਤਰਰਾਜੀ ਡਰੱਗ ਸਮਗਲਰ ਸੋਹਣ ਲਾਲ ਉਰਫ ਕਾਲਾ ਵਾਸੀ ਜ਼ਿਲ੍ਹਾ ਨਵਾਂ ਸ਼ਹਿਰ ਸਮੇਤ ਬਲਜੀਤ ਸਿੰਘ ਉਰਫ ਬੀਤਾ ਅਤੇ ਵੀਰ ਸਿੰਘ ਦੋਵੇਂ ਅੰਮ੍ਰਿਤਸਰ ਦੇ ਵਾਸੀ ਅਤੇ ਪੂਰਮ ਉਰਫ ਮੋਨਾ ਵਾਸੀ ਪਿੰਡ ਕਨੌਲੀ ਰੋਪੜ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 1 ਕਿਲੋ ਹੈਰੋਇਨ, 143 ਗ੍ਰਾਮ ਸੋਨੇ ਦੇ ਗਹਿਣੇ, 1 ਲੱਖ ਰੁਪਏ ਦੀ ਡਰੱਗ ਮਨੀ ਅਤੇ 1 ਫਾਰਚੂਨਰ ਗੱਡੀ ਬਰਾਮਦ ਕੀਤੀ ਗਈ ਹੈ। ਇਹਨਾਂ ਵਿੱਚੋਂ ਬਲਜੀਤ ਸਿੰਘ ਉਰਫ ਵੀਰੂ ਅਤੇ ਸੋਹਣ ਲਾਲ ਉਰਫ ਕਾਲਾ 'ਤੇ 6 ਨਸ਼ੇ ਦੀ ਸਪਲਾਈ ਦੇ ਕੇਸ ਪਹਿਲਾਂ ਵੀ ਦਰਜ ਹਨ। SSP ਨੇ ਦੱਸਿਆ ਕਿ ਡਰੱਗ ਸਮਗਲਰ ਸੰਦੀਪ ਸਿੰਘ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਇਲਾਕੇ ਤੋਂ ਸਮਗਲਿੰਗ ਵਿੱਚ ਵਰਤੀ ਜਾ ਰਹੀ ਬੁਲੈਰੋ ਗੱਡੀ ਸਮੇਤ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਦੇ ਰੈਕਟ ਨੂੰ ਟਰੈਕ ਕਰਦਿਆਂ ਇਹਨਾਂ 4 ਸਮਗਲਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹ ਆਪਣੇ 2 ਇਸ਼ੂਜ਼ ਹੈਗੇ ਨੇ, ਇਹਦੇ ਵਿੱਚ ਇੱਕ ਮੁਕੱਦਮਾ 22/6 ਨੂੰ ਦਰਜ ਹੋਇਆ, 22 ਜੂਨ ਨੂੰ ਦਰਜ ਕੀਤਾ ਗਿਆ ਸੀ, ਜਿਹਦੇ ਵਿੱਚ ਕਿ ਇੱਕ ਗੌਰਵ ਕੁਮਾਰ ਨਾਮ ਦਾ ਲੜਕਾ ਕਨੌਲੀ ਦੇ ਰਹਿਣ ਵਾਲਾ, ਉਹਨੂੰ ਅਰੈਸਟ ਕੀਤਾ ਗਿਆ ਸੀਗਾ। ਉਹਨੂੰ ਅਰੈਸਟ ਕਰਨ ਦੇ ਉੱਪਰ ਉਹਦੇ ਕੋਲ 300 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਉਸ ਸਮੇਂ ਦੇ ਉੱਪਰ, ਜੋ ਕਿ ਇਹਦੇ ਆਪਣੀ ਤਫਤੀਸ਼ ਦੇ ਵਿੱਚ 2 ਹੋਰ ਲੋਕਾਂ ਦਾ ਨਾਮ ਸਾਹਮਣੇ ਆਇਆ ਸੀ, ਇੱਕ ਸੰਦੀਪ ਸਿੰਘ ਨਾਲਾਗੜ੍ਹ ਦਾ ਰਹਿਣ ਵਾਲਾ ਅਤੇ ਇੱਕ ਸੁਖਪ੍ਰੀਤ ਸਿੰਘ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਅਤੇ ਇਹਨਾਂ ਦੋਨਾਂ ਦੇ ਮਗਰ ਕਾਫੀ ਦੇਰ ਤੋਂ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਚੱਲ ਰਹੀ ਸੀ, ਜਿਸ ਇਨਵੈਸਟੀਗੇਸ਼ਨ ਦੇ ਵਿੱਚ ਕੱਲ੍ਹ 29 ਨੂੰ ਆਪਾਂ 4 ਡਰੱਗ ਸਮਗਲਰਸ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋਏ ਹੈ, ਜਿਨ੍ਹਾਂ ਦੇ ਕੋਲੋਂ 1 ਕਿਲੋਗ੍ਰਾਮ ਤੋਂ ਜ਼ਿਆਦਾ ਹੈਰੋਇਨ ਬਰਾਮਦ ਹੋਈ ਹੈਗੀ ਹੈ, ਅਤੇ ਇਸ ਤੋਂ ਇਲਾਵਾ 1 ਫਾਰਚੂਨਰ ਗੱਡੀ ਜਿਹੜੀ ਹੈਗੀ ਉਹ ਬਰਾਮਦ ਹੋਈ, ਇਸ ਤੋਂ ਇਲਾਵਾ ਕੁਝ ਡਰੱਗ ਮਨੀ ਅਤੇ ਇਹਨਾਂ ਦੇ ਕੋਲੋਂ ਗੋਲਡ ਜਿਹੜਾ ਹੈਗਾ ਉਹ ਬਰਾਮਦ ਹੋਇਆ। ਇਸ ਤੋਂ ਇਲਾਵਾ ਇਹਨਾਂ ਸਾਰਿਆਂ ਦੀ ਜਿਹੜੀ ਕੋਈ ਪ੍ਰੋਪਰਟੀਜ਼ ਇਹਨਾਂ ਨੇ ਬਣਾਈਆਂ ਹੈਗੀਆਂ, ਉਹਨਾਂ ਦੇ ਵੱਖਰੇ ਤੌਰ ਦੇ ਉੱਪਰ ਸਾਡੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਜੋ ਕਿ ਆਪਾਂ ਹੋਰ 2 ਦਿਨਾਂ ਦੇ ਵਿੱਚ ਮੁਕੰਮਲ ਕਰਕੇ ਇਹਨਾਂ ਦੀ ਪ੍ਰੋਪਰਟੀ ਫਰੀਜ਼ ਕਰਾਉਣ ਦੇ ਲਈ ਵੀ ਕੇਸ ਅਸੀਂ ਮੂਵ ਕਰ ਰਹੇ ਹਾਂ ਟੂ ਦ ਕੰਪੀਟੈਂਟ ਅਥਾਰਟੀ, ਜਿਹੜੀ ਦਿੱਲੀ ਦੇ ਵਿੱਚ ਕੰਪੀਟੈਂਟ ਅਥਾਰਟੀ ਸੀ, ਦੇ ਵਿੱਚ NDPS ਐਕਟ ਦੇ ਵਿੱਚ ਬਣਾਈ ਗਈ ਹੈਗੀ। ਇਹਨਾਂ ਦੇ ਵਿੱਚੋਂ 1 ਜਿਹੜਾ ਬੰਦਾ ਹੈਗਾ ਜਿਹਦਾ ਨਾਮ ਹੈਗਾ ਸੋਨ ਲਾਲ ਇਲੀਅਸ ਕਾਲਾ, ਜੋ ਕਿ ਰਹਿਣ ਵਾਲਾ ਹੈਗਾ ਆਪਣੇ SBS ਨਗਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ, ਇਹਦੇ ਉੱਪਰ ਪਹਿਲੇ ਵੀ 8 ਪਰਚੇ ਦਰਜ ਹਨ। ਇਸ ਤੋਂ ਇਲਾਵਾ ਇਹ ਇੱਕ ਕਮਰਸ਼ੀਅਲ ਕੁਆਂਟੀ ਦਾ ਕੇਸ 520 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ, ਉਸ ਕੇਸ ਦੇ ਵਿੱਚ ਮੀਟੀਆਣੇ ਥਾਣੇ ਦਾ ਇਹ ਪ੍ਰੋਕਲੇਮਡ ਓਫੈਂਡਰ ਵੀ ਹੈ। ਇਹ ਜਦ ਤੋਂ ਬਾਹਰ ਆਇਆ ਹੈ ਉਸ ਤੋਂ ਬਾਅਦ ਇਹਦਾ ਇਸੀ ਚੀਜ਼ ਦੇ ਵਿੱਚ ਕੰਮ ਚੱਲ ਰਿਹਾ ਸੀਗਾ। ਇਸ ਤੋਂ ਇਲਾਵਾ ਇਹਦੇ ਨਾਲ ਇਹਦੇ ਹੋਰ ਵੀ ਸਾਨੂੰ 2 ਸਾਥੀ ਆਈਡੈਂਟੀਫਾਈ ਹੋਏ ਹਨ, ਜਿਹੜੇ ਕਿ ਇਹ ਹੈਰੋਇਨ ਜਿਹੜੀ ਹੈਗੀ ਜੋ ਬੈਕਵਰਡ ਲਿੰਕੇਜ ਸਾਨੂੰ ਆਈਡੈਂਟੀਫਾਈ ਹੋਏ ਹਨ, ਜਿਨ੍ਹਾਂ ਦੇ ਉੱਪਰ ਅਸੀਂ ਤਫਤੀਸ਼ ਕਰ ਰਹੇ ਹਾਂ। ਇਹਦੇ ਵਿੱਚ ਜਿਹੜਾ ਮੈਂ ਜਿਵੇਂ ਤੁਹਾਨੂੰ ਦੱਸ ਹੀ ਰਿਹਾ ਸੀ ਵੀ ਇਹਨਾਂ ਦੀ ਆਪਾਂ ਬੈਕਵਰਡ ਲਿੰਕੇਜ ਵਰਕਆਊਟ ਕੀਤੀ ਹੈ, ਇਹ ਆਪਣੇ ਬਾਰਡਰ ਏਰੀਆਜ਼ ਦੇ ਵਿੱਚੋਂ ਲੈ ਕੇ ਆਉਂਦੇ ਸੀ, ਉਹਦੇ ਵਿੱਚ ਵੀ ਸਾਡੀ ਆਈਡੈਂਟੀਫਿਕੇਸ਼ਨ ਹੋਈ ਅੱਗੇ ਬੰਦਿਆਂ ਦੀ, ਆਪਾਂ ਉਹਨਾਂ ਨੂੰ ਜਲਦੀ ਹੀ ਫੜਨ ਦੇ ਵਿੱਚ ਕਾਮਯਾਬੀ ਹਾਸਲ ਕਰਾਂਗੇ। ਅਤੇ ਅੱਗੇ ਵੇਚਦੇ ਸੀ ਜਾਂ ਕਿਸ ਤਰ੍ਹਾਂ? ਇਹਨਾਂ ਦੇ ਆਪਣੇ ਪੱਕੇ ਨੈਟਵਰਕ ਸੀ ਜਿਨ੍ਹਾਂ ਬੰਦਿਆਂ ਨੂੰ ਇਹ ਸਪੈਸੀਫਿਕਲੀ ਇਹ ਦਿੰਦੇ ਸੀਗੇ ਅੱਗੇ ਵੇਚਣ ਦੇ ਲਈ। ਇਹ ਪ੍ਰਚੂਨ ਤੌਰ 'ਤੇ ਇਹ ਆਪ ਨਹੀਂ ਵੇਚਦੇ ਸੀ, ਇਹ ਲਾਰਜਰ ਕੁਆਂਟਿਟੀ ਦੇ ਵਿੱਚ ਵੇਚਦੇ ਸੀਗੇ। ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਅਗਲੇ ਆਪਣੇ ਜਿਹੜੇ ਸਪਲਾਇਰ ਕਹਿ ਲਈਏ ਆਪਾਂ, ਜਾਂ ਜਿਹਨਾਂ ਦੇ ਜਿਹੜੇ ਅਗਲੇ ਇਹਨਾਂ ਦੇ ਬੰਦੇ ਸੀਗੇ, ਉਹ ਫਿਰ ਇਹਨੂੰ ਪ੍ਰਚੂਨ ਤੌਰ ਦੇ ਉੱਪਰ ਅੱਗੇ ਵੇਚਦੇ ਸੀਗੇ। ਕਿੰਨੇ ਦੋਸ਼ੀ ਗ੍ਰਿਫਤਾਰ ਹੋ ਗਏ? ਹੁਣ ਤੱਕ ਇਹਦੇ ਵਿੱਚ 4 ਦੋਸ਼ੀ ਗ੍ਰਿਫਤਾਰ ਹੋ ਚੁੱਕੇ। ਲੜਕੀ ਦੀ ਕੀ ਭੂਮਿਕਾ ਰਹੀ? ਜਿਹੜੀ ਇਹ ਲੜਕੀ ਹੈਗੀ ਹੈ ਇਹਦੇ ਵਿੱਚ ਐਕਟਿਵਲੀ ਇਨਵੋਲਵਡ ਸੀਗੀ। ਇਸ ਤੋਂ ਇਲਾਵਾ ਜਦੋਂ ਇਹਦਾ ਹਸਬੈਂਡ ਜੇਲ੍ਹ ਦੇ ਵਿੱਚ ਸੀ ਉਸ ਟਾਈਮ ਦੇ ਉੱਪਰ ਵੀ ਇਹ ਉਹਦਾ ਕੰਮ ਉਸ ਤੋਂ ਬਾਅਦ ਦੇਖਦੀ ਰਹੀ ਹੈਗੀ।